ਹਾਂਜੀ ਸਾਰਿਆਂ ਨੂੰ ਸਤਸ੍ਰੀ ਅਕਾਲ ਮੈਂ ਸੁਖਵੀਰ ਸਿੰਘ ਬੱਲ ਜ਼ਿਲ੍ਹਾ ਗੂਹਾਰੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਮ ਆਪਣੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਸਾਹਿਬ ਨੇ ਕੱਲ ਬਿਆਨ ਦਿੱਤਾ ਕਿ ਜਿਹੜੇ ਆ ਧਰਨੇ ਲਾਉਂਦੇ ਆ ਚਾਹੇ ਕਿਸਾਨ ਜਥੇਬੰਦੀਆਂ ਚਾਹੇ ਮਜ਼ਦੂਰ ਜਥੇਬੰਦੀਆਂ ਚਾਹੇ ਸਟੂਡੈਂਟ ਚਾਹੇ ਮਲਾਜ਼ਮ ਜਥੇਬੰਦੀਆਂ ਜਿਹੜੇ ਵੀ ਧਰਨੇ ਲਾਉਂਦੇ ਆ ਇਹ ਬਿਨਾਂ ਵਜ੍ਹਾ ਤੋਂ ਹੀ ਧਰਨੇ ਲਾਉਂਦੇ ਆ ਅਖੇ ਪਹਿਲਾਂ ਜਿਹੜੇ ਧਰਨੇ ਲਾਉਂਦੇ ਸੀਗੇ ਉਹ ਕੋਈ ਵਜ੍ਹਾ ਵੇਂਦੇ ਸੀ ਤੇ ਫੇਰ ਤਾਂ ਨਾ ਲਾਉਂਦੇ ਸੀ ਅੱਜ ਕੱਲ ਇਹ ਜਿਹੜੇ ਧਰਨਾ ਲਾਉਂਦੇ ਆ ਉਹ ਪਹਿਲਾਂ ਜਗਾ ਵੇਂਦੇ ਆ ਤੇ ਫੇਰ ਉਥੇ ਦਰੀ ਬਿਛਾ ਕੇ ਧਰਨਾ ਲਾ ਲੈਂਦੇ ਆ ਕੋਈ ਵਜ੍ਹਾ ਨਹੀਂ ਵੇਂਦੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹਣਾ ਕਿ ਜਿਹੜਾ ਜੀਰੇ ਸ਼ਰਾਬ ਫੈਕਟਰੀ ਜਿਹੜੀ ਲੋਕਾਂ ਦੀ ਜਾਨਾਂ ਦੀ ਦੁਸ਼ਮਣ ਬਣੀ ਹੋਈ ਆ ਜਿਨੇ ਕਿੰਨੀਆਂ ਜਾਨਾਂ ਲੈ ਵੀ ਲਈਆਂ ਤੇ ਉਹ ਤੁਸੀਂ ਆਪ ਖੁਦ ਮੰਨੇ ਆ ਵੀ ਵਕਈਓ ਲੋਕਾਂ ਦੀਆਂ ਜਾਨਾਂ ਦੀ ਦੁਸ਼ਮਣਾਂ ਤੇ ਲੋਕਾਂ ਦੀਆਂ ਜਾਨਾਂ ਨਾਲ ਖਲਵਾੜ ਕਰ ਰਹੀ ਹੈ ਤੇ ਉਹ ਫੈਕਟਰੀ ਉਹ ਬੰਦ ਹੋਣੀ ਚਾਹੀਦੀ ਆ ਪਹਿਲਾਂ ਮੈਨੂੰ ਇਸ ਗੱਲ ਦਾ ਜਵਾਬ ਦਿਓ ਵੀ ਉਹ ਜਿਹੜਾ ਧਰਨਾ ਲੱਗਾ ਉਹ ਬਿਨਾਂ ਵਜ੍ਹਾ ਤੋਂ ਲੱਗਾ ਉਹਦੀ ਵਜ੍ਹਾ ਤੁਸੀਂ ਖੁਦ ਮੰਨਿਆ ਕਿ ਨਹੀਂ ਮੰਨਿਆ ਵੀ ਉਹ ਕਿਸੇ ਵਜ੍ਹਾ ਕਰਕੇ ਲੱਗਾ ਉਹ ਬਿਨਾਂ ਵਜ੍ਹਾ ਤੋਂ ਲੱਗਾ ਦੂਜੀ ਗੱਲ ਆ ਕਿ ਜਿਹੜਾ ਆਪਣੇ ਅ ਬੰਦੀ ਸਿੰਘਾਂ ਵਾਸਤੇ ਮੋਰਚਾ ਲੱਗਾ ਧਰਨਾ ਲੱਗਾ ਉਹ ਦੱਸੋ ਵੀ ਉਹ ਬਿਨਾਂ ਵਜ੍ਹਾ ਤੋਂ ਲੱਗਾ ਉਹ ਕਿੱਥੋਂ ਦੇ ਲੋਕ ਆ ਪੰਜਾਬ ਦੇ ਲੋਕ ਆ ਜਿਹੜੇ ਜੇਲ੍ਹਾਂ ਦੇ ਵਿੱਚ ਸੜ ਰਹੇ ਆ ਤੁਸੀਂ ਕਹਿੰਦੇ ਆ ਕਿ ਹੁਣ ਕਿਸਾਨਾਂ ਨੇ ਟ੍ਰੇਨਾਂ ਰੋਕੀਆਂ ਸੀਗੀਆਂ ਤੇ ਉਹ ਕਿਸਾਨਾਂ ਨੇ ਤਾਂ ਰੋਕ ਲਈਆਂ ਉਹ ਕਹਿੰਦੇ ਇਹ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਤੇ ਅਸੀਂ ਤਾਂ ਰੋਕੀਆਂ ਵੀ ਕੇਂਦਰ ਸਰਕਾਰ ਦੀਆਂ ਵਾ ਤੇ ਇਹ ਪੰਜਾਬ ਦੇ ਲੋਕਾਂ ਦੀ ਖੱਜਲ-ਖਵਾਰੀ ਹੋ ਰਹੀ ਆ ਉਹ ਲੋਕ ਜਿਹੜੇ ਜੇਲ੍ਹਾਂ ਦੇ ਵਿੱਚ ਸੜ ਰਹੇ ਆ ਜਿਹੜੇ ਬੰਦੀ ਸਿੰਘ ਉਹ ਪੰਜਾਬ ਦੇ ਨਹੀਂਗੇ ਜਾਂ ਜੀਰੇ ਜੀਰੇ ਫੈਕਟਰੀ ਦੇ ਵਿੱਚ ਜਿਹੜੇ ਪਾਣੀ ਥੱਲੇ ਧਰਤੀ ਦੇ ਜੇ ਪਾ ਕੇ ਲੋਕਾਂ ਦੀਆਂ ਜਾਨਾਂ ਲਈਆਂ ਜਾ ਰਹੀਆਂ ਉਹ ਲੋਕ ਪੰਜਾਬ ਦੇ ਆ ਕਿ ਕਿਤੋਂ ਹੋਰ ਦੇ ਆ ਹੋਰ ਦੇਸ਼ ਦੇ ਆ ਉਹ ਪੰਜਾਬ ਦੇ ਹੀ ਆ ਨਾ ਜਿਹੜੇ ਲੋਕ ਮਰ ਰਹੇ ਆ ਜਾਂ ਜੇਲ੍ਹਾਂ ਦੇ ਵਿੱਚ ਸੜ ਰਹੇ ਆ ਜਿਹੜਾ ਬੰਦੀ ਸਿੰਘਾਂ ਦਾ ਮੋਰਚਾ ਲੱਗਾ ਉਹ ਉਹ ਬਿਨਾਂ ਵਜ੍ਹਾ ਤੋਂ ਲੱਗਾ ਮੁੱਖ ਮੰਤਰੀ ਸਾਹਿਬ ਉਸ ਗੱਲ ਦਾ ਜਵਾਬ ਦਿਓ ਫਿਰ ਉਨ ਮੁੜਕੀ ਵਾਲਾ ਮੋਰਚਾ ਲੱਗਾ ਨਹਿਰਾਂ ਵਾਲਾ ਜਿੱਥੇ ਪਾਣੀ ਦੇ ਵਿੱਚ ਤਰਪਾਲਾਂ ਥੱਲੇ ਨਹਿਰਾਂ ਦੇ ਥੱਲੇ ਤਰਪਾਲਾਂ ਪਾਈਆਂ ਜਾ ਰਹੀਆਂ ਵੀ ਪਾਣੀ ਦੀ ਸੇਮ ਆ ਜਿਹੜੀ ਜੋ ਥੱਲੇ ਨਾ ਜਾਵੇ ਉਹ ਉਹ ਬਿਨਾਂ ਵਜ੍ਹਾ ਤੋਂ ਲੱਗਾ ਲੋਕਾਂ ਨੂੰ ਵੀ ਇਸ ਗੱਲ ਦਾ ਵੇਖਣਾ ਚਾਹੀਦਾ ਵੀ ਉਹ ਬਿਨਾਂ ਵਜ੍ਹਾ ਤੋਂ ਲੱਗਾ ਜਾਂ ਮੁੱਖ ਮੰਤਰੀ ਉੱਥੇ ਲੋਕਾਂ ਤੋਂ ਤਾਲੀਆਂ ਮਰਵਾ ਰਿਹਾ ਆ ਆਪਣੇ ਜਿਹੜੇ ਚੇਲੇ ਚਪਟੇ ਆ ਉਹਨਾਂ ਨੂੰ ਉਹਨਾਂ ਤੋਂ ਕਹਿ ਕੇ ਤਾਲੀਆਂ ਮਰਵਾ ਰਿਹਾ ਵੀ ਤੁਸੀਂ ਅ ਦੱਸੋ ਵੀ ਇਹ ਜੇ ਸਹੀ ਵਿਕਾਸ ਆ ਤੇ ਫੇਰ ਇਹ ਮੇਰੇ ਹੱਕ ਚ ਤੁਸੀਂ ਤਾੜੀਆਂ ਮਾਰੋ ਉਹਨਾਂ ਦਾ ਤਾੜੀਆਂ ਮਾਰ ਹੀ ਦੇਣੀਆਂ ਸਵਾਦ ਤਾਂ ਤਾਂ ਮੁੱਖ ਮੰਤਰੀ ਸਾਹਿਬ ਜੀਰੇ ਸ਼ਰਾਬ ਫੈਕਟਰੀ ਤੇ ਸੁੱਧੋ ਪੂਰਾ ਪੰਜਾਬ ਉੱਥੇ ਆ ਕੇ ਤਾੜੀਆਂ ਮਰਵਾ ਕੇ ਵਿਖਾਓ ਲੋਕਾਂ ਤੋਂ ਉੱਥੇ ਇਕੱਠ ਕਰੋ ਪੂਰੇ ਪੰਜਾਬ ਦਾ ਤੇ ਉੱਥੇ ਆ ਕੇ ਤਾੜੀਆਂ ਮਾਰਾ ਕੇ ਵਿਖਾਓ ਵੀ ਇਹ ਇਹ ਵਿਕਾਸ ਆ ਜਿਹੜੇ ਲੋਕਾਂ ਦੀਆਂ ਜਾਨਾਂ ਲੈ ਰਹੇ ਆ ਤੁਸੀਂ ਆਪ ਖੁਦ ਮੰਨੇ ਆ ਫੈਕਟਰੀ ਸੋ ਲੋਕਾਂ ਤੋਂ ਐਵੇਂ ਜਿਹੜੇ ਆਪਦੇ ਚੇਲੇ ਚਾਪਟਿਆਂ ਤੋਂ ਤਾੜੀਆਂ ਮਰਵਾ ਕੇ ਫੋਕੀ ਫੋਕਾ ਤੁਸੀਂ ਵਿਕਾਸ ਕਹਿ ਰਹੇ ਆ ਜਿਹਨੂੰ ਤੁਸੀਂ ਆਪ ਖੁਦ ਇਕੱਲੇ ਮੰਨ ਰਹੇ ਆ ਵੀ ਅਸੀਂ ਵਿਕਾਸ ਕਰ ਰਹੇ ਆ ਸਵਾ ਤਾਂ ਤਾਂ ਉੱਥੇ ਲੋਕਾਂ ਤੋਂ ਲੋਕਾਂ ਦਾ ਇਕੱਠ ਕਰਕੇ ਪੂਰੇ ਪੰਜਾਬ ਦੇ ਲੋਕਾਂ ਦਾ ਇਕੱਠ ਕਰਕੇ ਉੱਥੇ ਤਾੜੀਆਂ ਮਰਵਾ ਕੇ ਦਿਖਾਓ ਵੀ ਵਾਕੇ ਹੀ ਇਹ ਵਿਕਾਸ ਆ ਜਾਂ ਤੁਸੀਂ ਧਰਨੇ ਲਾਉਣ ਵਾਲਿਆਂ ਨੂੰ ਕਹਿ ਰਹੇ ਆ ਕਿ ਬਿਨਾ ਵਜ੍ਹਾ ਤੋਂ ਧਰਨੇ ਲਾਉਣ ਵਾਲੇ ਆ ਵੀ ਆਪਦੀ ਮਰਜ਼ੀ ਨਾਲ ਜਿੱਥੇ ਬਹਿ ਕੇ ਦਰਿਆ ਵਿਛਾ ਲੈਂਦੇ ਆ ਧਰਨੇ ਉਹ ਲੋਕ ਲਾਉਂਦੇ ਆ ਜਿਨ੍ਹਾਂ ਨੂੰ ਪੰਜਾਬ ਦਾ ਫਿਕਰ ਫਿਕਰਮੰਦ ਲੋਕ ਆ ਜਿਹੜੇ ਉਹ ਧਰਨੇ ਲਾਉਂਦੇ ਆ ਤਿੰਨ ਤਰ੍ਹਾਂ ਦੇ ਲੋਕ ਹੁੰਦੇ ਆ ਸਮਾਜ ਦੇ ਵਿੱਚ ਖਾਸ ਕਰਕੇ ਆਪਣੇ ਪੰਜਾਬ ਦੇ ਵਿੱਚ ਇੱਕ ਤਾਂ ਉਹ ਜਿਨ੍ਹਾਂ ਨੂੰ ਸਿਰਫ ਆਪਣੇ ਆਪਨਾ ਹੀ ਮਤਲਬ ਹੁੰਦਾ ਤੇ ਇੱਕ ਉਹ ਜਿਹੜੇ ਸਿਰਫ ਆਪਦੇ ਕੱਲੇ ਘਰ ਵਾਸਤੇ ਸੋਚਦੇ ਆ ਸਰ ਸਿਰਫ ਕੱਲੇ ਘਰਨਾ ਹੀ ਮਤਲਬ ਹੁੰਦਾ ਤੇ ਇੱਕ ਉਹ ਲੋਕ ਹੁੰਦੇ ਜਿਨ੍ਹਾਂ ਨੂੰ ਲੋਕਾਂ ਦਾ ਫਿਕਰ ਹੁੰਦਾ ਤੇ ਉਹ ਲੋਕ ਧਰਨਾ ਲਾਉਂਦੇ ਆ ਤੇ ਉਹ ਕਿਸੇ ਬਿਨਾ ਵਜ੍ਹਾ ਤੋਂ ਧਰਨਾ ਨਹੀਂ ਲਾਉਂਦੇਗੇ ਜਿਹੜੇ ਲੋਕਾਂ ਦੀ ਪੰਜਾਬ ਦੀ ਗੱਲ ਕਰਨ ਵਾਲੇ ਲੋਕ ਆ ਉਹ ਬਿਨਾ ਵਜ੍ਹਾ ਤੋਂ ਧਰਨਾ ਨਹੀਂ ਲਾਉਂਦੇ ਮੁੱਖ ਮੰਤਰੀ ਸਾਹਿਬ ਤੇ ਤੁਸੀਂ ਐਵੇਂ ਫੋਕੀ ਉਥੇ ਆਪਦੀਆਂ ਤਾੜੀਆਂ ਮਰਵਾ ਕੇ ਤੇ ਲੋਕਾਂ ਨੂੰ ਕਹਿ ਰਹੇ ਆ ਵੀ ਮੈਨੂੰ ਤਾੜੀਆਂ ਮਾਰ ਕੇ ਦੱਸੋ ਕਿ ਮੈਂ ਸਹੀ ਵਿਕਾਸ ਕਰ ਰਿਹਾ ਸਵਾ ਤਾਂ ਤਾਂ ਉਥੇ ਇਕੱਠ ਕਰਕੇ ਜੀਰੇ ਸ਼ਰਾਬ ਫੈਕਟਰੀ ਦਾ ਪਤਾ ਲੱਗੇ ਵੀ ਉਹ ਬਿਨਾਂ ਵਜ੍ਹਾ ਤੋਂ ਲੱਗਾ ਜਾਂ ਆਪਣੇ ਬੰਦੀ ਸਿੰਘਾ ਵਾਲਾ ਮੋਰਚਾ ਲੱਗਾ ਜਿਹੜਾ ਉਹ ਬਿਨਾਂ ਵਜ੍ਹਾ ਤੋਂ ਲੱਗਾ ਜਾਂ ਮਦਕੀ ਵਾਲਾ ਮੋਰਚਾ ਲੱਗਾ ਨਹਿਰਾਂ ਵਾਲਾ ਉਹ ਬਿਨਾਂ ਵਜ੍ਹਾ ਤੋਂ ਲੱਗਾ ਉਹ ਵੀ ਸਾਰੇ ਆਪਣੇ ਪੰਜਾਬ ਦੇ ਲੋਕ ਹੀ ਆ ਜਿਹੜੇ ਪੰਜਾਬ ਦਾ ਨੁਕਸਾਨ ਹੋ ਰਿਆ ਵਾ ਸੋ ਜੇ ਉਹ ਟ੍ਰੇਨਾਂ ਰੋਕੀਆਂ ਕਿਸਾਨਾਂ ਨੇ ਤੇ ਤੁਸੀਂ ਕਹਤਾ ਵੀ ਇਹ ਤਾਂ ਦਿਸੈਂਟਰ ਦੀਆਂ ਕਰਟਰੇਨਾ ਕਰਕੇ ਕਿਸਾਨਾਂ ਨੇ ਰੋਕਲੀਆਂ ਵੀ ਹੈ ਸੈਂਟਰ ਦੀਆਂ ਅਸੀਂ ਤਾਂ ਰੋਕਾਂਗੇ ਤੇ ਪੰਜਾਬ ਦੇ ਲੋਕਾਂ ਦਾ ਉਹਦੇ ਚ ਨੁਕਸਾਨ ਹੋਇਆ ਤੇ ਜਿਹੜੇ ਉਹ ਲੋਕ ਮਰ ਰਹੇ ਆ ਜਾਂ ਜੀਰੇ ਸ਼ਰਾਬ ਫੈਕਟਰੀ ਨਾਲ ਮਰ ਰਹੇ ਆ ਜਾਂ ਜਿਹੜੇ ਆਪਣੇ ਬੰਦੀ ਸਿੰਘ ਬੈਠੇ ਆ ਜ਼ਿਲ੍ਹਿਆਂ ਦੇ ਵਿੱਚ ਉਹ ਵੀ ਪੰਜਾਬ ਦੇ ਆ ਜਿਹੜਾ ਨਹਿਰਾ ਤੇ ਮੋਤੀ ਵਾਲਾ ਮੋਰਚਾ ਲੱਗਾ ਉਹ ਵੀ ਪੰਜਾਬ ਦਾ ਹੀ ਲੱਗਾ ਮੁੱਖ ਮੰਤਰੀ ਸਾਹਿਬ ਫੋਕੀਵਾ ਛਾਵਾਸੀ ਵਾਹ ਵਾ ਲੋਕਾਂ ਤੋਂ ਆਪਦੇ ਜਿਹੜੇ ਚੇਲੇ ਚਪਟਿਆਂ ਤੋਂ ਨਖਵਾਓ ਪੂਰੇ ਪੰਜਾਬ ਦੇ ਲੋਕਾਂ ਦੀ ਗੱਲ ਸੁਣੋ ਤੇ ਪੰਜਾਬ ਦੇ ਲੋਕ ਆ ਜਿਹੜੇ ਉਹ ਬਿਨਾਂ ਵਜ੍ਹਾ ਤੋਂ ਧਰਨਾ ਨਹੀਂ ਲਾਉਂਦੇ